ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਕੌਸ਼ਲ ਵਿਕਾਸ ਯੋਜਨਾ ਸਕੀਮ ਦੇ ਤਹਿਤ BPL ਕੈਟਾਗਰੀ 'ਚ ਆਉਂਦੇ ਪਰਿਵਾਰਾਂ ਦੇ ਲੜਕਿਆਂ ਅਤੇ ਲੜਕੀਆਂ ਲਈ ਸ਼ੁਰੂ ਕੀਤੀ ਗਈ ਨਵੀਂ ਮੰਜ਼ਿਲ ਯੋਜਨਾ ਦੇ ਤਹਿਤ ਪ੍ਰਾਇਮਰੀ ਸਕੂਲਾਂ ਤੋਂ ਪੜ੍ਹਾਈ ਛੱਡ ਚੁੱਕੇ ਬੱਚਿਆਂ ਨੂੰ ਸਿੱਧੇ 8ਵੀਂ ਅਤੇ 10ਵੀਂ ਦੀਆਂ ਕਲਾਸਾਂ ਦੀ ਸਿੱਖਿਆ ਮੁਫਤ ਦਿੱਤੀ ਜਾਵੇਗੀ। ਨਵੀਂ ਮੰਜ਼ਿਲ ਸਕੀਮ ਜੋ ਕਿ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਮਾਈਨੋਰਿਟੀ ਅਫੇਅਰਸ ਕੇ ਤਹਿਤ ਯਹਾਂ ਪੇ ਪੰਜਾਬ ਕੇ ਅੰਦਰ ਹਮਨੇ ਸ਼ੁਰੂ ਕੀ ਹੈ, ਜੋ ਗਵਰਨਮੈਂਟ ਆਫ ਇੰਡੀਆ ਨੇ ਹਮੇ 413 ਸੀਟਸ ਫੋਰ ਮਾਈਨੋਰਿਟੀਜ਼ ਕੇ ਲੀਏ ਦੀ ਹੈ। ਉਸਕੇ ਅੰਦਰ ਹਮ ਉਨਕੋ 8th ਔਰ 10th ਦੋਨੋ ਚੀਜ਼ੇ ਬੇਸਿਕ ਐਜੂਕੇਸ਼ਨ ਉਨਕੋ ਦੇਂਗੇ। ਦੈਨ ਉਸਕੇ ਬਾਅਦ ਹਮ ਉਸਕੋ ਸਕਿੱਲ ਕੀ ਟ੍ਰੇਨਿੰਗ ਜੋ ਕਿ 200 ਆਵਰਸ ਕੀ ਹੋਗੀ ਵੋ ਦੇਂਗੇ ਉਨ ਬੱਚੋਂ ਕੋ। ਉਸਕੇ ਬਾਅਦ ਉਨ ਬੱਚੋਂ ਕੋ ਹਮ ਉਸੀ ਕੀ ਫੀਲਡ ਕੇ ਅੰਦਰ ਜਿਸਕੇ ਅੰਦਰ ਹਮ ਸਕਿੱਲ ਟ੍ਰੇਨਿੰਗ ਕਰਾਏਂਗੇ ਵਹੀਂ ਪੇ ਉਸਕੋ ਹਮ ਜੋਬ ਕੀ ਪਲੇਸਮੈਂਟ ਵੀ ਹਮ ਉਨਕੋ ਕਰਵਾਏਂਗੇ, ਤਾਂ ਕਿ ਬੱਚੇ ਕੋ ਅੱਛਾ ਰੋਜ਼ਗਾਰ ਮਿਲ ਸਕੇ ਔਰ ਆਗੇ ਜੋ ਆਪਣੇ ਆਪ ਵੀ ਕੁਛ ਨਹੀਂ ਕਰ ਪਾ ਰਿਹਾ ਉਹ ਆਪਣਾ ਅੱਛਾ ਅਰਨ ਕਰ ਸਕੇ। ਔਰ ਇਹ ਜੋ ਸਕੀਮ ਹੈ ਜੋ 17 ਸਾਲ ਸੇ ਲੈ ਕੇ 35 ਸਾਲ ਤੱਕ ਕੇ ਬੱਚੇ ਇਸ ਚੀਜ਼ ਕਾ ਫਾਇਦਾ ਲੈ ਸਕਤੇ ਹੈ, ਔਰ ਉਸਕੇ ਅੰਦਰ ਜੋ ਬੱਚੇ ਮਾਈਨੋਰਿਟੀ ਮੇ ਹੈ ਜੋ BPL ਕੇ ਦਾਇਰੇ ਮੇ ਆ ਰਹੇ ਹੈ, ਇਹ ਸਪੈਸ਼ਲ ਉਨਕੇ ਲੀਏ ਬਣਾਈ ਗਈ ਹੈ, ਜੋ ਕਿਸੀ ਟਾਈਮ ਕੇ ਅੰਦਰ ਪੜ੍ਹਾਈ ਛੋੜ ਚੁੱਕੇ ਹੈ, 4th ਕੀ ਛੋੜ ਚੁੱਕੇ ਹੈ, 5th ਕੀ ਛੋੜ ਚੁੱਕੇ ਹੈ, 6th ਕੀ ਛੋੜ ਚੁੱਕੇ ਹੈ, ਠੀਕ ਹੈ, ਉਨਕੋ ਬੇਸਿਕ ਐਜੂਕੇਸ਼ਨ 8th ਔਰ 10th ਜੋ ਵੀ ਵੋ ਕਰ ਸਕਤੇ ਹੈ ਵੋ ਹਮ ਉਨਕੋ ਕਰਵਾਏਂਗੇ।